ਅਸੀਂ ਕਹਿੰਦੇ ਸਾਰਿਆਂ ਨੂੰ ਦ ਲੈਂਡਰਸ ਇੱਥੇ ਸਪੈਸ਼ਲ ਵੀਡੀਓ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਇੱਕ ਫਰਾਡ ਚੱਲ ਰਿਹਾ ਸਿੱਧੂ ਮੂਸੇਵਾਲ ਦੇ ਨਾਂ ਨੂੰ ਲੈ ਕੇ ਜਿਹਦੇ ਵਿੱਚ ਕਾਫੀ ਸਿੰਗਰਾਂ ਦੇ ਨਾਮ ਉਹਨਾਂ ਨੇ ਇੰਕਲੂਡ ਕੀਤੇ ਵਿੱਚ ਸਾਡਾ ਵੀ ਸੀਗਾ ਤਾਂ ਸਾਡਾ ਫਰਜ਼ ਬਣਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਉਹ ਫਰਾਡ ਕੀ ਹੈ ਉਹ ਇੱਕ ਬਾਈਟ ਹੈ ਵੀਡੀਓ ਬਾਈਟ ਸਿੱਧੂ ਦੇ ਨਾਂ ਨੂੰ ਲੈ ਕੇ ਜੋ ਕਿ ਬਣਵਾਉਣ ਨੂੰ ਕਹਿ ਰਹੇ ਨੇ ਠੀਕ ਹੈ ਤੇ 3 ਲੱਖ ਰੁਪਇਆ ਅਮਾਊਂਟ ਦਿੱਤੀ ਜਾ ਰਹੀ ਹੈ ਤੇ ਸਾਡੇ ਤੱਕ ਇਹ ਖਬਰ ਪਹੁੰਚੀ ਸੀ ਸਾਡੇ ਕੋਈ ਨੋਨ ਸੀਗਾ ਜਿਹੜਾ ਸਾਨੂੰ ਕਹਿ ਗਿਆ ਕਿ ਹਾਂ ਵਾਈਟ ਬਣਾਉਣੀ ਹੈ ਸਾਨੂੰ ਸੀ ਵੀ ਸਿੱਧੂ ਮੂਸੇਵਾਲ ਦੇ ਨਾਂ ਨੂੰ ਬਣਾਉਣੀ ਹੈ ਆਪਾਂ ਬਣਾ ਲਾਂਗੇ ਕੋਈ ਚੱਕਰ ਨਹੀਂ ਹੈਗਾ ਉਹ ਕਿਸੇ ਕਾਰਨ ਲੇਟ ਹੋ ਗਈ ਤੇ ਨੈਕਸਟ ਡੇ ਸਵੇਰੇ ਸਾਨੂੰ ਇਹ ਸਾਰੀ ਗੇਮ ਦਾ ਪਤਾ ਲੱਗਿਆ ਕਿ ਜਿਹੜਾ ਸਾਡਾ ਨੋਨ ਸੀਗਾ ਉਹਦੇ ਅੱਗੇ ਚੇਨ ਬਣੀ ਹੋਈ ਹੈ 2-3 ਜਾਣਿਆਂ ਦੀ ਜੋ ਕਿ ਮੇਨ ਜਗ੍ਹਾ ਤੋਂ ਪੈਸੇ ਚੱਕ ਕੇ ਅੱਗੇ ਆਪਦਾ ਰੱਖ ਕੇ ਫਿਰ ਅੱਗੇ ਆਪਦਾ ਰੱਖ ਕੇ ਕਿਤੇ ਉਹ ਨੀ ਸੀਗਾ ਸਾਡੇ ਤੱਕ ਕੋਈ ਪੈਸੇ ਡੀਲ ਨੀ ਹੋਈ ਸੀਗੀ ਬਟ ਸਾਨੂੰ ਅੱਗੇ ਉਹਦੀ ਪਤਾ ਲੱਗਿਆ ਵੀ ਜਦੋਂ ਬਾਈਟ ਨਹੀਂ ਪਹੁੰਚੀ ਤਾਂ ਕੰਪਨੀ ਵਾਲਿਆਂ ਨੇ ਡਾਇਰੈਕਟ ਸਾਨੂੰ ਕੰਟੈਕਟ ਕੀਤਾ ਕਿ ਤੁਹਾਡੇ ਨਾਲ ਡੀਲ ਚੱਲ ਰਹੀ ਹੈ ਤੇ ਤੁਸੀਂ ਪੈਸੇ ਲਿੱਤੇ ਨੇ ਤੇ ਤੁਸੀਂ ਬਾਈਟ ਕਿਉਂ ਨੀ ਭੇਜੀ ਫਿਰ ਸਾਡੀ ਗੱਲ ਹੋਈ ਉਹਨਾਂ ਨਾਲ ਅਸੀਂ ਕਿਹਾ ਵੀ ਸਾਡੀ ਕੋਈ ਡੀਲ ਨੀ ਏਦਾਂ ਦੀ ਪਹਿਲੀ ਗੱਲ ਤਾਂ ਸਿੱਧੂ ਦੇ ਨਾਂ ਨੂੰ ਅਸੀਂ ਪੈਸਾ ਨੀ ਲਵਾਂਗੇ ਠੀਕ ਹੈ ਜੇ ਤੁਹਾਨੂੰ ਬਾਈਟ ਚਾਹੀਦੀ ਸੀ ਸਿੱਧਾ ਤੁਹਾਨੂੰ ਕੰਟੈਕਟ ਕਰਦੇ ਤੁਸੀਂ ਕੰਟੈਕਟ ਹੀ ਗਲਤ ਬੰਦਿਆਂ ਨੂੰ ਕੀਤਾ ਜਿਹੜੇ ਕਿ ਪੈਸਾ ਖਾ ਰਹੇ ਨੇ ਤਾਂ ਉਹ 'ਚ ਸਾਡੀ ਡੀਲ ਕੋਈ ਨੀ ਹੈਗੀ ਫਿਰ ਜਾ ਕੇ ਉਹਨਾਂ ਨੇ ਦੱਸਿਆ ਕਿ 3 ਲੱਖ ਰੁਪਇਆ ਅਮਾਊਂਟ ਅਸੀਂ ਪੇ ਕਰ ਚੁੱਕੇ ਹਾਂ ਪਰ ਸਿੰਗਰ ਦੇ ਬੇਸਿਸ ਤੇ ਉਹਨਾਂ ਨੂੰ ਇਸ ਬਾਈਟ ਲਈ ਮਤਲਬ ਪਹਿਲਾਂ 70,000 ਚੋਂ ਗੱਲ ਸ਼ੁਰੂ ਹੋਈ ਫਿਰ 1.5 ਲੱਖ ਤੇ ਗਈ ਵੀ 1.5 ਲੱਖ ਆਇਆ ਜੀ ਮਤਲਬ ਜਿਹੜੇ ਜਿਹੜੇ ਵਿੱਚ ਬੰਦੇ ਸੀ ਉਹਨਾਂ ਦੇ ਫੋਨ ਆਈ ਜਾ ਰਹੇ ਸੀ ਬਾਈਟ ਵਾਸਤੇ ਫਿਰ ਜਿਹੜੀ ਮੇਨ ਕੰਪਨੀ ਆ ਉਹਨਾਂ ਦਾ ਡਾਇਰੈਕਟ ਸਾਨੂੰ ਫੋਨ ਆਇਆ ਤੇ ਉੱਥੋਂ ਪਤਾ ਲੱਗਿਆ ਵੀ ਉਹਨਾਂ ਨੇ 3 ਲੱਖ ਰੁਪਇਆ ਚੱਕਿਆ ਸਿਰਫ ਇੱਕੋ ਉਸ ਬਾਈਟ ਵਾਸਤੇ 3 ਲੱਖ ਪਲੱਸ GST ਮੀਨਸ ਵਾਈਟ ਚ ਕੰਮ ਹੋ ਰਿਹਾ ਠੀਕ ਹੈ ਤਾਂ ਉਸ ਤੋਂ ਬਾਅਦ ਅਸੀਂ ਇਹ ਚੀਜ਼ ਸਾਰੀ ਆਪਣੇ ਵੱਲੋਂ ਮਨਾ ਕਰਤੀ ਸੀ ਕਿ ਅਸੀਂ ਇਸ ਕੰਮ ਚ ਪੈਣਾ ਨੀ ਹੈਗਾ ਨਾ ਅਸੀਂ ਕਰੀਏ ਨਾ ਤੁਹਾਨੂੰ ਬਾਈਟ ਦਈਏ ਨਾ ਸਾਨੂੰ ਪੈਸੇ ਚਾਹੀਦੇ ਨੇ ਠੀਕ ਹੈ ਫਿਰ ਉੱਥੇ ਜਿਹੜੀ ਉਹ ਕੁੜੀ ਸੀਗੀ ਜਿਹਦੇ ਨਾਲ ਗੱਲ ਹੋ ਰਹੀ ਸੀਗੀ ਸਾਡੀ ਉਹ ਕਹਿੰਦੀ ਵੀ ਮੇਰੇ ਕਰੀਅਰ ਦੇ ਉੱਤੇ ਆਏ ਨੀ ਸਾਰੀ ਗੱਲ ਇਹ ਕਿਉਂਕਿ ਮੈਂ ਡੀਲ ਅੱਗਿਓਂ ਦੀ ਪਿੱਚ ਕਰ ਚੁੱਕੀ ਹਾਂ ਤੇ ਡਨ ਕਰ ਚੁੱਕੀ ਹਾਂ ਸਾਰਾ ਕੁਛ ਕਿ ਪੇਮੈਂਟ ਉੱਥੋਂ ਨਿਕਲ ਚੁੱਕੀ ਆ ਤੇ ਜਾ ਚੁੱਕੀ ਆ ਅੱਗੇ ਠੀਕ ਹੈ ਜਿਹੜੇ ਮੁੰਡੇ ਸੀਗੇ ਜਿਹਨਾਂ ਨੇ ਫਰੋਡ ਕੀਤਾ ਸੀ ਉਹਦੀ ਟੀਮ ਚੋਂ ਸੀਗੇ ਦੈਟ ਮੀਨਸ ਉਹ ਕਹਿੰਦੇ ਕਿ ਮੈਂ ਪੈਸੇ ਵਾਪਸ ਲੈ ਲੂੰਗੀ ਤੁਸੀਂ ਪਲੀਜ਼ ਬਾਈਟ ਬਣਾ ਦਿਓ ਠੀਕ ਹੈ ਜੀ ਹੁਣ ਉੱਥੇ ਕਰੀਅਰ ਦੇ ਬੇਸਿਸ ਤੇ ਉਹਦਾ ਆ ਗਿਆ ਸੀਗਾ ਤੇ ਸਾਨੂੰ ਇੱਕ ਟਾਈਮ ਤੇ ਲੱਗਿਆ ਕਿ ਹਾਂ ਇਹ ਗਲਤ ਹੋ ਜਾਊਗਾ ਅਗਲੀ ਦਾ ਕਰੀਅਰ ਖਰਾਬ ਹੋਊਗਾ ਕਿਸੇ ਦੀ ਗਲਤੀ ਕਰਕੇ ਨਾਮ ਸਾਡਾ ਲੱਗ ਕੇ ਤਾਂ ਅਸੀਂ ਇਹ ਡਿਸਾਈਡ ਕੀਤਾ ਹੁਣ ਕਿ ਅਸੀਂ ਉਹਨਾਂ ਨੂੰ ਬਾਈਟ ਦੇ ਰਹੇ ਹਾਂ ਬਣਾ ਕੇ ਵੀਡੀਓ ਬਾਈਟ ਠੀਕ ਹੈ ਅਸੀਂ ਉਹ ਪੈਸਾ ਵੀ ਲੈ ਰਹੇ ਹਾਂ ਬਟ ਅਸੀਂ ਪੈਸਾ ਡੋਨੇਟ ਕਰਾਂਗੇ ਠੀਕ ਹੈ ਫੁੱਲ ਅਮਾਊਂਟ ਵਿਦ ਪਰੂਫ ਕਿਉਂਕਿ ਅਸੀਂ ਵਾਈਟ 'ਚ ਹੀ ਲੈ ਰਹੇ ਹਾਂ ਅਸੀਂ ਵਾਈਟ 'ਚ ਹੀ ਅੱਗੇ ਡੋਨੇਟ ਕਰਾਂਗੇ ਠੀਕ ਹੈ ਸਾਡਾ ਇਹ ਫਰਜ਼ ਵੀ ਬਣਦਾ ਤੇ ਸਾਨੂੰ ਇਸ ਗੱਲ 'ਚੋਂ ਮਤਲਬ ਵੀ ਇਹ ਸਮਝ ਆਇਆ ਕਿ ਇਹ ਕਰਨਾ ਸਹੀ ਰਹੂਗਾ ਕਿਉਂਕਿ ਅਗਲੀ ਦਾ ਕਰੀਅਰ ਵੀ ਖਰਾਬ ਨਾ ਹੋਵੇ ਤੇ ਜੋ ਵੀ ਬਟ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀਗਾ ਕਿ ਇੱਦਾਂ ਦੇ ਫਰੋਡ ਚੱਲ ਰਹੇ ਨੇ ਤੇ ਮੈਨੂੰ ਲੋਕਾਂ ਦਾ ਸਮਝ ਨਹੀਂ ਆਉਂਦਾ ਕਿ ਕਿਸੇ ਦੇ ਕੋਈ ਜਾ ਚੁੱਕਿਆ ਦੁਨੀਆਂ ਤੋਂ ਤੇ ਤਾਂ ਵੀ ਉਹਦੇ ਨਾਂ ਤੇ ਤੁਸੀਂ ਪੈਸਾ ਖਾ ਰਹੇ ਹੋ ਕਿੱਥੇ ਤੁਸੀਂ ਰੱਜਣਾ ਕਿੱਥੇ ਤੁਸੀਂ ਕੋਠੀਆਂ ਪਾਉਣੀਆਂ ਇੰਨੇ ਕੁ ਪੈਸੇ ਨਾਲ ਪਲੀਜ਼ ਜ਼ਿਆਦਾ ਧਿਆਨ ਰੱਖੋ ਮਤਲਬ ਬੇਸਿਕਲੀ ਤੇ ਇਹ ਵੀ ਜ਼ਰੂਰੀ ਹੈ ਵੀ ਮੇਨ ਜਿਹੜੇ ਆਰਟਿਸਟ ਭਰਾ ਨੇ ਸਾਡੇ ਉਹ ਵੀ ਥੋੜੇ ਅਵੇਅਰ ਰਹਿਣ ਇਸ ਚੀਜ਼ ਤੋਂ ਕਿ ਇਹ ਚੀਜ਼ ਚੱਲ ਰਹੀ ਹੈ ਸਾਡੇ ਨਾਲ ਹੋਈ ਹੈ ਅਸੀਂ ਤਾਂ ਆਪ ਬਹੁਤ ਹੈਰਾਨ ਹੋਏ ਆ ਅਸੀਂ ਅਵੇਅਰ ਨਹੀਂ ਸੀ ਸਾਨੂੰ ਤਾਂ ਕੁਦਰਤੀ ਅਸੀਂ ਲੇਟ ਹੋ ਗਏ ਤੇ ਸਵੇਰੇ ਸਾਨੂੰ ਫੋਨ ਆ ਗਿਆ ਉਸ ਚੀਜ਼ ਦਾ ਤਾਂ ਪਤਾ ਲੱਗਿਆ ਇਹ ਵੀਡੀਓ ਅਸੀਂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ